ਦਾਵਾਲ ਕਾਂਡਾ ਜਗਤਪੁਰ ਜਿੱਥੋਂ ਤੁਸੀਂ ਟੁੱਟੀ ਆ ਇਸ ਟਾਈਮ ਤੁਸੀਂ ਜਿਹੜੀ 1 ਕਿਲੋਮੀਟਰ ਦਾ ਪਾਰ ਤੈ ਗਿਆ ਤਿੰਨ ਗੇੜੇ ਅਸੀਂ ਜਗਤਪੁਰ ਪਿੰਡ ਵਿੱਚੋਂ ਸੰਗਤਾਂ ਨੂੰ ਲੋਕਾਂ ਨੂੰ ਲੈ ਕੇ ਸੁੱਕੇ ਥਾਂ ਤੇ ਪਹੁੰਚਾਇਆ ਔਰ ਬਿਨਾ ਕਿਸੇ ਸੇਫਟੀ ਤੋਂ ਸਾਡੇ ਕੋਲ ਕੋਈ ਜੈਕਟ ਨਹੀਂ ਹੈਗੀ ਔਰ ਪ੍ਰਸ਼ਾਸਨ ਦੇ ਜਿਹੜੇ ਲੋਕ ਨੇ ਉਹ ਪਿੱਛੇ ਸਾਰੇ ਪੁਰਾਣੇ ਸੁੱਕੇ ਥਾਂ ਬੈਠੇ ਆ ਸਵੇਰ ਦੇ ਜਦੋਂ ਦੇ ਲੱਗੇ ਆ ਤਿੰਨ ਤੋਂ ਚਾਰ ਟਰਾਲੀਆਂ ਅਸੀਂ ਖੁਦ ਔਰ ਵੀ ਟਰਾਲੀਆਂ 10 12 ਲੱਗੀਆਂ ਉਹ ਵੀ ਲੋਕੀ ਕੱਢ ਰਹੇ ਆ ਫੇਰ ਵੀ ਅਜੇ 100 ਤੋਂ 150 ਜੀ ਮੇਰੇ ਖਿਆਲ ਆ ਜਗਤਪੁਰ ਕਲਾਂ ਦੇ ਵਿੱਚ ਲੰਗਰ ਜਿਹੜਾ ਉਹ ਇੱਥੇ ਸਕੂਲ 'ਚ ਵੀ ਲਗਾਇਆ ਗਿਆ ਵਾ ਇਹ ਪੰਪ ਤੇ ਵੀ ਲੰਗਰ ਲਗਾਇਆ ਹੈ ਅਸੀਂ ਹਾਂ ਇਸ ਟੈਂਪਿੰਡ ਜਗਤਪੁਰ ਦੇ ਵਿੱਚ ਪਹਿਲਾਂ ਤਸਵੀਰ ਦਿਖਾ ਦਿੰਨਾ ਕਿ ਇੱਥੇ 5 ਤੋਂ 6 ਫੁੱਟ ਪਾਣੀ ਜਿਹੜਾ ਹੈ ਉਹ ਸੜਕ ਦੇ ਪਰਲੇ ਪਾਸੇ ਔਰ ਜਿੱਥੇ ਅਸੀਂ ਖੜੇ ਹਾਂ ਇੱਥੇ ਤਿੰਨ ਤੋਂ 4 ਫੁੱਟ ਪਾਣੀ ਹੈ ਇਹ ਜਗਤਪੁਰ ਪਿੰਡ ਜੋ ਹੈ ਇਹ ਪੁਰਾਣੇ ਛਾਲੇ ਤੋਂ ਮਕੇਰੀਆਂ ਰੋਡ ਤੇ ਹੈ ਔਰ ਇੱਥੇ ਜਿਹੜੇ ਪਿੰਡ ਵਾਸੀ ਨੇ ਇਲਾਕਾ ਨਿਵਾਸੀ ਨੇ ਸਵੇਰ ਦੇ ਹੀ ਜਿਹੜੇ ਪਿੰਡਾਂ ਚ ਫਸੇ ਲੋਕ ਨੇ ਉਹਨਾਂ ਨੂੰ ਰੈਸਕਿਊ ਕਰਦੇ ਪਏ ਹੁਣ ਇੱਕ ਪੈਟਰੋਲ ਪੰਪ ਤੇ ਆਏ ਨੇ ਜਿੱਥੇ ਕੋਈ ਸਮਾਨ ਫਸਿਆ ਦਾ ਸੀ ਉਹ ਸਮਾਨ ਵੀ ਕੱਢਣ ਲਈ ਪਹੁੰਚੇ ਨੇ ਇੱਥੇ ਪਹਿਲਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਫਿਰ ਹੋਰ ਗੱਲ ਕਰਦੇ ਕੀ ਨਾਮ ਹੈ ਜੀ ਮੇਰਾ ਨਾਮ ਦਲਬੀਰ ਸਿੰਘ ਆ ਜੀ ਦਲਬੀਰ ਜੀ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਇਸ ਟਾਈਮ ਪਹੁੰਚ ਚੁੱਕਾ ਇਹ ਹਲਕਾ ਦੀਨਾ ਨਗਰ ਦਾ ਜੀ ਵਿਧਾਨ ਸਭਾ ਹਲਕਾ ਦੀਨਾ ਨਗਰ ਦਾ ਇਲਾਕਾ ਵਾ ਔਰ ਲਾਸਟ ਪਿੰਡ ਨੇ ਦਾਉਵਾਲ ਟਾਂਡਾ ਜਗਤਪੁਰ ਜਿੱਥੋਂ ਤੁਸੀਂ ਟੁੱਟੀ ਆ ਇਸ ਟਾਈਮ ਤੁਸੀਂ ਜਿਹੜੀ 1 ਕਿਲੋਮੀਟਰ ਦਾ ਪਾਰ ਪੈ ਗਿਆ ਔਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜੀ ਇੱਥੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਇੰਨਾ ਕਿ ਪ੍ਰਮਾਤਮਾ ਦੀ ਕਿਰਪਾ ਕੇ ਲੋਕਾਂ ਦੀ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਪਸ਼ੂਆਂ ਦਾ ਤੇ ਫਸਲ ਦਾ ਜਿਹੜਾ ਨੁਕਸਾਨ ਆ ਬਹੁਤ ਹੋਇਆ ਜਗਤਪੁਰ ਟਾਂਡਾ ਔਰ ਦਾਉਵਾਲ ਜਿਹੜੇ ਪਿੰਡ ਆ ਉਹਨਾਂ ਦੇ ਦੁਵਾਲੇ ਦੁਵਾਲੇ ਘਟੋ ਘਟ ਪੰਜ ਤੋਂ 7-7 ਫੁੱਟ ਪਾਣੀ ਆ ਅਸੀਂ ਸਵੇਰ ਦੇ ਲੱਗੇ ਹੋਏ ਆ ਤਿੰਨ ਗੇੜੇ ਅਸੀਂ ਜਗਤਪੁਰ ਪਿੰਡ ਵਿੱਚੋਂ ਸੰਗਤਾਂ ਨੂੰ ਲੋਕਾਂ ਨੂੰ ਲੈ ਕੇ ਸੁੱਕੇ ਥਾਂ ਤੇ ਪਹੁੰਚਾਇਆ ਔਰ ਬਿਨਾ ਕਿਸੇ ਸੇਫਟੀ ਤੋਂ ਸਾਡੇ ਕੋਲ ਕੋਈ ਜੈਕਟ ਨਹੀਂ ਹੈਗੀ ਔਰ ਪ੍ਰਸ਼ਾਸਨ ਦੇ ਜਿਹੜੇ ਲੋਕ ਨੇ ਉਹ ਪਿੱਛੇ ਸਾਲੇ ਪੁਰਾਣੇ ਸੁੱਕੇ ਥਾਂ ਬੈਠੇ ਆ ਔਰ ਦੇਖ ਰਹੇ ਆ ਟਰਾਲੀਆਂ ਤੇ ਬਹੁਤ ਜ਼ਿਆਦਾ ਇਲਾਕੇ ਦੇ ਲੋਕ ਲੱਗੇ ਆ ਔਰ ਲੋਕਾਂ ਨੂੰ ਰੈਸਕਿਊ ਕਰਕੇ ਤੇ ਸੁੱਕੇ ਥਾਂ ਤੇ ਖੰਡੇ ਆ ਜਿਹੜਾ ਨੁਕਸਾਨ ਹੈ ਨੁਕਸਾਨ ਬਹੁਤ ਹੋਇਆ ਕਿਉਂਕਿ ਇਹਨਾਂ ਲੋਕਾਂ ਨੂੰ ਪਹਿਲਾਂ 47 ਦੀ ਮਾਰ ਪਈ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ 88 ਦੀ ਮਾਰ ਪਈ ਅੱਜ 2023 ਦੀ ਜਿਹੜੀ ਮਾਰ ਹੈ ਇਹ ਨਾ ਕਦੇ ਵੀ ਨਾ ਭੁੱਲਣ ਵਾਲੀ ਮਾਲ। ਇਹ ਪ੍ਰਸ਼ਾਸਨ ਦੀ ਤੁਸੀਂ ਗੱਲ ਕਰਦੇ ਪਿਓ ਪ੍ਰਸ਼ਾਸਨ ਤੇ ਜਦੋਂ ਮਾਲਵੇ ਚ ਖੜ ਆਇਆ ਸੀ ਉਦੋਂ ਹੀ ਕਹਿੰਦਾ ਸੀ ਕਿ ਅਸੀਂ ਬੂੰਦ ਪਾਣੀ ਦੀ ਨਹੀਂ ਨੰਗਨ ਦਵਾਂਗੇ। ਤੇ ਅੱਜ ਫਿਰ ਆ ਜਿੱਥੇ ਅਸੀਂ ਖੜੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰ ਜਿਹੜੀ ਆ ਉਹ ਨੀਚੇ ਦੀ ਵੀ ਦਿਖਾ ਦੇਵੇ ਕਿ ਸਾਡੇ ਵੀ ਜਿਹੜਾ 4-4 ਫੁੱਟ ਪਾਣੀ ਆ ਤੇ ਫਿਰ ਇਹ 4-4 ਫੁੱਟ ਪਾਣੀ ਉਹ ਜਗ੍ਹਾ ਵਾ ਜਿਹੜੀ ਬਹੁਤ ਉੱਚੀ ਆ ਜਿਹੜੀ ਆ ਨੀਵੀਂ ਆ ਉੱਥੇ ਤੇ 7-7 ਫੁੱਟ ਪਾਣੀ ਹੋਗੇ। ਬਿਲਕੁਲ ਸਹੀ ਆ ਜੀ ਇਹ ਪੈਟਰੋਲ ਪੰਪ ਆ ਇਹ ਰੋਡ ਆ ਇਹ ਸਾਰੀ ਜਗ੍ਹਾ ਉੱਚੀ ਆ। ਇਸ ਤੋਂ ਅੱਗੇ ਥੱਲੇ ਚਲੇ ਜਾਓ ਛਾਲੇ ਗੁੰਨੋਪੁਰ ਸਾਈਡ ਨੂੰ ਬਹੁਤ ਨੀਵਾ ਇਲਾਕਾ ਹੈ ਉੱਥੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਪਰ ਜਿਹੜਾ ਭਗਵੰਤ ਮਾਨ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਜਦੋਂ ਪਹਿਲਾਂ ਅੱਜ ਤੋਂ ਮਹੀਨਾ ਪਹਿਲਾਂ ਮਾਲਵੇਚ ਦੁਆਬੇਚ ਹੜ੍ਹ ਆਇਆ ਤੇ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ ਕਿ ਮੁਰਗੀ ਤੋਂ ਲੈ ਕੇ ਤੇ ਫਸਲ ਤੱਕ ਡੰਗਰ ਤੱਕ ਬੱਕਰੀ ਤੱਕ ਜਿਹੜਾ ਮੁਆਵਜ਼ਾ ਮਿਲੇਗਾ ਤਾਂ 15 ਤਰੀਕ ਨੂੰ ਮੁਆਵਜ਼ਾ ਵੰਡਾਂਗੇ ਪਰ ਅਜੇ ਤੱਕ ਕਿਸੇ ਨੂੰ 1 ਰੁਪਿਆ ਨਹੀਂ ਮਿਲਿਆ ਔਰ ਅੱਜ ਇਹ ਇਲਾਕਾ ਜਿਹੜਾ ਸਾਡਾ ਮਾਝੇ ਦਾ ਇਲਾਕਾ ਵਾ ਅੱਜ ਇੱਥੇ ਤਰਾਸ ਦੀ ਜੋ ਵਰਤੀ ਹੈ ਜੋ ਨੁਕਸਾਨ ਹੋਇਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਕੋਈ ਸਬਕ ਸਿੱਖਣਾ ਚਾਹੀਦਾ ਹੈ ਧੰਨਵਾਦ ਕੀ ਨਾਮ ਹੈ ਮੇਰਾ ਨਾਮ ਸਰਬਜੀਤ ਸਿੰਘ ਲਾਲੀਆ ਕਿੰਨੇ ਕੁ ਲੋਕਾਂ ਨੂੰ ਅਜੇ ਤੱਕ ਰੈਸਕਿਊ ਕਰ ਚੁੱਕੇ ਹੋ ਦੇਖੋ ਅਸੀਂ ਕੱਲ ਸ਼ਾਮ ਤੋਂ ਹੀ ਲੱਗੇ ਹੋਏ ਹਾਂ ਜਦੋਂ ਇੱਥੋਂ ਬੰਨ ਟੁੱਟਿਆ ਨਾ ਜਦੋਂ ਪਾੜ ਪਿਆ ਉਦੋਂ ਕਾਫੀ ਲੋਕਾਂ ਨੂੰ ਆਪਾਂ ਜਾਨੀ ਕਿ ਆਪਣੀ ਟਰਾਲੀਆਂ ਟਰੈਕਟਰ ਗੱਡੀਆਂ ਤੇ ਜਲਦੀ ਜਲਦੀ ਲੈ ਕੇ ਚਲੇ ਗਏ ਸੀ ਅੱਜ ਸਵੇਰ ਦੇ ਜਦੋਂ ਦੇ ਲੱਗੇ ਹਾਂ ਤਿੰਨ ਤੋਂ ਚਾਰ ਟਰਾਲੀਆਂ ਅਸੀਂ ਖੁਦ ਔਰ ਵੀ ਟਰਾਲੀਆਂ 10 12 ਲੱਗੀਆਂ ਉਹ ਵੀ ਲੋਕੀ ਕੱਢ ਰਹੇ ਆ ਫੇਰ ਵੀ ਅਜੇ 100 ਤੋਂ 150 ਜੀ ਮੇਰੇ ਖਿਆਲ ਆ ਜਗਤਪੁਰ ਕਲਾਂ ਦੇ ਵਿੱਚ ਹੈ ਤੇ ਅਨਪਾਣੀ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਤੇ ਸੀਟਾ ਦੀ ਟਰਾਲੀ ਤੇ ਦੇਖ ਲਿਆ ਲੋਕਾਂ ਨੂੰ ਲੰਗਰ ਦਾ ਵੀ ਪ੍ਰਬੰਧ ਕਰਵਾਇਆ ਗਿਆ ਦੇਖੋ ਜੀ ਆਪਾਂ ਲੰਗਰ ਜਿਹੜਾ ਉਹ ਇੱਥੇ ਸਕੂਲ 'ਚ ਵੀ ਲਗਾਇਆ ਗਿਆ ਵਾ ਇਹ ਪੰਪ ਤੇ ਵੀ ਲੰਗਰ ਲਗਾਇਆ ਵਾ ਜਦੋਂ ਆਪਾਂ ਉਹਨਾਂ ਲੋਕਾਂ ਨੂੰ ਲੈ ਕੇ ਇੱਥੇ ਆਈਦਾ ਉੱਥੇ ਲੰਗਰ ਛਕਦੇ ਆ ਫੇਰ ਕੋਈ ਆਪਣੇ ਰਿਸ਼ਤੇਦਾਰਾਂ ਦੇ ਜਾ ਲਿਆ ਜਾਂਦਾ ਆਪਣੇ ਵੱਲੋਂ ਸੰਗਤ ਨੇ ਲਾਇਆ ਕਿ ਪ੍ਰਸ਼ਾਸਨ ਨੇ ਇਹ ਸਾਰਾ ਜੀ ਸੰਗਤ ਨੇ ਲਾਇਆ ਜੀ ਪ੍ਰਸ਼ਾਸਨ ਨੇ ਕੋਈ ਕੁਝ ਨਹੀਂ ਕੀਤਾ ਸਿਰਫ ਸਵਾਏ ਭਗਵੰਤ ਮਾਨ ਬੋਰਡ ਲਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਸਕਦਾ ਇਹ ਸਥਾਨਕ ਲੋਕ ਨੇ ਇਹ ਸਵੇਰ ਤੋਂ ਹੀ ਅੱਜ ਆਪਣੀਆਂ ਟਰਾਲੀਆਂ ਦੇ ਵਿੱਚ ਪਿੰਡਾਂ 'ਚ ਫਸੇ ਲੋਕਾਂ ਨੂੰ ਰੈਸਕਿਊ ਕਰਦੇ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਵੀ ਇਸ ਇਲਾਕੇ 'ਚ ਜਦੋਂ ਪਹੁੰਚੇ ਤਾਂ ਆ ਕੇ ਦੇਖਿਆ ਕਿ ਇੱਕ ਪੈਟਰੋਲ ਪੰਪ ਤੇ ਖੜੇ ਨੇ ਤੇ ਇੱਥੇ ਨੁਕਸਾਨ ਹੋ ਰਿਹਾ ਸੀ ਕਿਸੇ ਦਾ ਉਹਦਾ ਵੀ ਸਮਾਨ ਲੱਦ ਕੇ ਤੇ ਹੁਣ ਲੈ ਕੇ ਜਾ ਰਿਹਾ ਕੈਮਰਾਮੈਨ ਪਰਮੇਂਦਰ ਦੇ ਨਾਲ ਸਪੋਕਸਪੀਰ ਟੀਵੀ ਲਈ ਨੇ ਤੇ ਲੂਥਰਾ ਗੁਰਦਾਸਪੁਰ